ਜੇ ਸਪਾਊਸ ਵੀਜ਼ਾ ਵਾਲੇ ਸਟੂਡੈਂਟਸ ਦਾ ਇੱਕ ਬਹੁਤ ਵੱਡਾ ਕੁਸ਼ਚਨ ਹੁੰਦਾ ਜੀ, ਵੀ ਸਪਾਊਸ ਦੀ ਕੀ ਐਜੂਕੇਸ਼ਨ ਹੋਣੀ ਚਾਹੀਦੀ ਹੈ, ਅਤੇ ਸਪਾਊਸ ਦੀ ਗ੍ਰੈਜੂਏਸ਼ਨ ਮੈਂਡੇਟਰੀ ਹੈ ਜਾਂ ਨਹੀਂ ਹੈਗੀ, ਅਤੇ ਮੈਰਿਜ ਕਿੰਨੀ ਪੁਰਾਣੀ ਹੋਣੀ ਚਾਹੀਦੀ ਹੈ। ਇਹ ਦੋ ਕੁਸ਼ਚਨ ਬਹੁਤ ਇੰਪੋਰਟੈਂਟ ਅਤੇ ਬਹੁਤ ਕੋਮਨ ਕੁਸ਼ਚਨਸ ਹੈਗੇ ਨੇ ਜਿਹੜੇ ਸਟੂਡੈਂਟਸ ਪੁੱਛਦੇ ਆ ਸਾਨੂੰ, ਅਤੇ ਇਹ ਕੁਸ਼ਚਨਸ ਵਾਸਤੇ ਮੈਂ ਤੁਹਾਨੂੰ ਆਨਸਰ ਦੇਣਾ ਚਾਹੂੰਗਾ ਇਸ ਵੀਡੀਓ ਵਿੱਚ। ਅਤੇ ਪਹਿਲਾ ਕੁਸ਼ਚਨ ਹੈ ਵੀ ਬੱਚੇ ਦਾ ਸਟੂਡੈਂਟ ਦਾ ਰਹਿੰਦਾ ਵੀ ਐਜੂਕੇਸ਼ਨ ਕੀ ਹੋਣੀ ਚਾਹੀਦੀ ਹੈ ਸਪਾਊਸ ਦੀ। ਦੇਖੋ ਉਹ ਟਾਈਮ ਨਿਕਲ ਗਿਆ ਜਦੋਂ ਪਲੱਸ ਟੂ ਬੇਸ 'ਤੇ ਤੁਸੀਂ ਅਪਲਾਈ ਕਰ ਦਿੰਦੇ ਸੀਗੇ ਵੀ ਪਲੱਸ ਟੂ ਸਪਾਊਸ ਸੀਗਾ, ਅਤੇ ਜਦੋਂ ਕੋਈ ਦਿੱਕਤ ਨਹੀਂ ਫਾਇਲ ਲੱਗ ਜਾਂਦੀ ਸੀ, ਬਟ ਹੁਣ ਉਹ ਟਾਈਮ ਨਹੀਂ ਰਿਹਾ ਹੈਗਾ। ਇਸ ਕਰਕੇ ਸਪਾਊਸ ਦੀ ਹੈਗੀ ਹੈ, ਜਾਂ ਤਾਂ ਤੁਸੀਂ ਬੈਚਲਰ ਦਿਖਾਓ, ਬੇਸ਼ੱਕ ਤੁਸੀਂ ਪ੍ਰਾਈਵੇਟ ਯੂਨੀਵਰਸਿਟੀ ਤੋਂ ਕਿਤੋਂ ਵੀ ਕੀਤੀ ਹੈ, ਜਾਂ ਕਿਸੇ ਵੀ ਸਟੇਟ ਤੋਂ ਕੀਤੀ ਹੈ, ਕਿਸੇ ਹੋਰ ਤੋਂ ਵੀ, ਜਿਵੇਂ ਪ੍ਰਾਈਵੇਟ ਯੂਨੀਵਰਸਿਟੀਜ਼ ਹੈਗੀਆਂ ਅੱਜ ਕੱਲ੍ਹ ਜਿਹੜੀਆਂ ਡਿਗਰੀਜ਼ ਜਿਹੜੀਆਂ ਇਸ਼ੂ ਕਰਦੀਆਂ, ਬੱਚਾ ਅਗਰ ਇਹ ਦਿਖਾਉਂਦਾ ਵੀ ਉਹ ਪ੍ਰਾਈਵੇਟ ਯੂਨੀਵਰਸਿਟੀ 'ਚ ਕਿਤੇ ਹੋਰ ਸਟੇਟ 'ਚ ਵੀ ਯਾਨੀ ਕਿ ਸਪਾਊਸ ਪੜ੍ਹਦਾ ਸੀਗਾ, ਉਹ ਵੀ ਅਸੈਪਟੇਬਲ ਹੈ, ਜਾਂ ਫਿਰ 3 ਸਾਲ ਦਾ ਕੋਈ ਡਿਪਲੋਮਾ ਤੁਸੀਂ ਕੀਤਾ ਵੀ ਉਹ ਵੀ ਅਸੈਪਟੇਬਲ ਰਹਿੰਦਾ, ਗਵਰਮੈਂਟ ਡਿਪਲੋਮਾ ਉਹ ਅਸੈਪਟੇਬਲ ਰਹਿੰਦਾ ਵੀ ਅਗਰ ਬੈਚਲਰ ਨਹੀਂ ਵੀ ਕੀਤੀ ਹੋਈ ਫੋਰ ਐਗਜ਼ਾਮਪਲ। ਅਤੇ ਅਗਰ ਤੁਸੀਂ ਸਿਰਫ ਪਲੱਸ ਟੂ ਕੀਤੀ ਹੈ, ਤਾਂ ਮੈਂ ਰਿਕਮੈਂਡ ਨਹੀਂ ਕਰੂੰਗਾ ਵੀ ਤੁਸੀਂ ਇਕੱਠੇ ਫਾਈਲ ਲਗਾਓ, ਅਤੇ ਫਿਰ ਤੁਹਾਨੂੰ ਪਹਿਲਾਂ ਮੇਨ ਐਪਲੀਕੈਂਟ ਦੀ ਫਾਈਲ ਲਗਾਉਣੀ ਜ਼ਰੂਰੀ ਹੈ, ਅਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਸਪਾਊਸ ਦੀ ਫਾਈਲ ਜਿਹੜੀ ਹੈ ਲਗਾ ਸਕਦੇ ਹੋ। ਇਸ ਤੋਂ ਇਲਾਵਾ ਜੋ ਸੈਕਿੰਡ ਕੁਸ਼ਚਨ ਹੁੰਦਾ ਬੱਚੇ ਦਾ ਵੀ ਮੈਰਿਜ ਕਿੰਨੀ ਪੁਰਾਣੀ ਹੋਣੀ ਚਾਹੀਦੀ ਹੈ। ਦੇਖੋ ਮੈਰਿਜ ਪੁਰਾਣੀ ਦਾ ਮਤਲਬ ਇਹ ਹੈ ਵੀ ਮੈਰਿਜ ਜਿਹੜੀ ਡੇਟ ਰਜਿਸਟ੍ਰੇਸ਼ਨ ਜਿਹੜੀ ਡੇਟ ਜਿਵੇਂ ਰਜਿਸਟ੍ਰੇਸ਼ਨ ਸਰਟੀਫਿਕੇਟ ਜਿਹੜਾ ਬਣਦਾ ਹੈ ਉਹਦੇ 'ਚ ਡੇਟ ਆਫ ਮੈਰਿਜ ਕੀ ਹੈ ਉਹ ਇੰਪੋਰਟੈਂਟ ਹੈ। ਫੋਰ ਐਗਜ਼ਾਮਪਲ ਵੀ ਤੁਹਾਡੀ ਮੈਰਿਜ ਹੋਈ ਜੀ 1 ਸਾਲ ਪਹਿਲਾਂ, ਤੁਸੀਂ ਮੈਰਿਜ ਅੱਜ ਰਜਿਸਟਰ ਕਰਵਾਈ, ਠੀਕ ਹੈ ਜੀ, ਉਹਦੇ 'ਚ ਰਜਿਸਟ੍ਰੇਸ਼ਨ ਆਫ ਡੇਟ ਜਿਹੜੀ ਹੋਏਗੀ ਅੱਜ ਦੀ ਹੋਏਗੀ, ਲੇਕਿਨ ਡੇਟ ਆਫ ਮੈਰਿਜ 1 ਸਾਲ ਪੁਰਾਣੀ ਹੋਏਗੀ। ਇਹੀ ਚੀਜ਼ ਇਹਦੇ ਵਿੱਚ ਹੀ ਸਾਰੀ ਸਟੋਰੀ ਛੁਪੀ ਹੈ ਵੀ ਅਗਰ ਤੁਸੀਂ ਰਜਿਸਟ੍ਰੇਸ਼ਨ ਆਫ ਮੈਰਿਜ ਹੈਗੀ ਹੈ, ਤੁਸੀਂ ਜਿਵੇਂ ਕਰਾਉਣ ਜਾਂਦੇ ਹੋ, ਅਤੇ ਉੱਥੇ 1 ਸਾਲ ਪੁਰਾਣੀ ਮੈਰਿਜ ਦੀ ਡੇਟ ਤੁਸੀਂ ਅਗਰ ਲਿਖਵਾ ਸਕਦੇ ਹੋ, ਤਾਂ ਉਹ ਅਸੈਪਟੇਬਲ ਰਹੇਗੀ। ਉਹਦੇ ਵਿੱਚ ਇਹ ਨਹੀਂ ਮੰਨਿਆ ਜਾਏਗਾ ਵੀ ਰਜਿਸਟ੍ਰੇਸ਼ਨ ਤੁਹਾਡੀ ਹੁਣ ਹੋਈ ਹੈ ਜੀ ਅਤੇ ਨਵੀਂ ਮੈਰਿਜ ਹੋ ਗਈ, ਨਹੀਂ। ਰਜਿਸਟ੍ਰੇਸ਼ਨ ਆਫ ਮੈਰਿਜ ਦੀ ਡੇਟ ਦਾ ਮੈਟਰ ਨਹੀਂ ਕਰਦਾ, ਡੇਟ ਆਫ ਮੈਰਿਜ ਕਿਹੜੀ ਲਿਖੀ ਆ ਉਹਦੇ 'ਤੇ। ਫੋਰ ਐਗਜ਼ਾਮਪਲ ਵੀ ਕਿਸੇ ਦੀ 5 ਸਾਲ ਪਹਿਲਾਂ ਦੀ ਮੈਰਿਜ ਹੈਗੀ ਆ, ਉਹ ਜਾਂਦੇ ਆ ਜੀ, ਉਹਨੇ ਰਜਿਸਟਰ ਨਹੀਂ ਕਰਵਾਈ ਮੈਰਿਜ, ਉਹ ਹੁਣ ਜਾਂਦੇ ਨੇ ਰਜਿਸਟਰ ਕਰਵਾਉਣ, ਅਤੇ ਰਜਿਸਟਰ ਤਾਂ ਹੁਣ ਹੋ ਰਹੀ ਹੈ, ਡੇਟ ਆਫ ਰਜਿਸਟ੍ਰੇਸ਼ਨ ਆਫ ਮੈਰਿਜ ਹੁੰਦੀ ਹੈ, ਕਰੰਟ ਹੈ, ਬਟ ਡੇਟ ਆਫ ਮੈਰਿਜ ਜਿਹੜੀ ਹੋਏਗੀ 5 ਸਾਲ ਪੁਰਾਣੀ ਹੋਏਗੀ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਉਹਨਾਂ ਦੀ ਮੈਰਿਜ ਨਵੀਂ ਹੋਵੇਗੀ, ਡੇਟ ਆਫ ਮੈਰਿਜ 5 ਸਾਲ ਪੁਰਾਣੀ ਹੋਏਗੀ, ਅਤੇ ਉਹ 5 ਸਾਲ ਪੁਰਾਣੀ ਹੀ ਕੰਸਿਡਰ ਕੀਤੀ ਜਾਏਗੀ, ਬੇਸ਼ੱਕ ਤੁਸੀਂ ਰਜਿਸਟ੍ਰੇਸ਼ਨ ਹੁਣ ਕਰਵਾਈ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ। ਇਸ ਕਰਕੇ ਇਹ ਚੀਜ਼ ਦਾ ਧਿਆਨ ਰੱਖੋ, ਅਗਰ ਤੁਸੀਂ ਡੇਟ ਆਫ ਮੈਰਿਜ ਪੁਰਾਣੀ ਪਵਾ ਸਕਦੇ ਹੋ, ਜਿਵੇਂ ਤੁਸੀਂ ਜਿਵੇਂ ਕੇਸ ਸ਼ੁਰੂ ਕਰਨਾ ਜਦੋਂ, ਅਤੇ ਤੁਸੀਂ ਜਦੋਂ ਵੀ 10-11 ਮਹੀਨੇ ਪੁਰਾਣੀ ਵੀ ਮੈਰਿਜ ਤੁਸੀਂ ਦਿਖਾਉਂਦੇ ਹੋ, ਤਾਂ ਅਸੈਪਟੇਬਲ ਰਹੇਗਾ, ਇਹ ਚੀਜ਼ ਤੁਸੀਂ ਦਿਖਾ ਸਕਦੇ ਹੋ। ਇਸ ਤੋਂ ਇਲਾਵਾ ਕਈ ਬੱਚੇ ਮੈਰਿਜ ਰਜਿਸਟਰ ਕਰਵਾ ਚੁੱਕੇ ਹੁੰਦੇ ਨੇ ਜੀ, ਜਿਵੇਂ ਬੱਚੇ ਪੁੱਛਦੇ ਮੈਰਿਜ ਰਜਿਸਟਰ ਹੋ ਗਈ, ਹਾਂਜੀ ਹੋ ਗਈ, ਡੇਟ ਆਫ ਮੈਰਿਜ ਕੀ ਹੈ ਜੀ, 2 ਮਹੀਨੇ ਪੁਰਾਣੀ ਹੈ, ਨਹੀਂ। ਇਹਦੇ ਵਿੱਚ ਇਸ ਟਾਈਮ 'ਤੇ ਜੋ ਯੂਨੀਵਰਸਿਟੀਜ਼ ਜਾਂ ਕਾਲਜਿਸ ਹੈਗੇ ਨੇ ਉਹ ਅਸੈਪਟ ਨਹੀਂ ਕਰਦੇ ਨਵੀਂ ਮੈਰਿਜ ਨੂੰ, ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਡਾਊਟ ਰਹਿੰਦਾ ਵੀ ਇਹ ਬਾਹਰ ਜਾਣ ਦੇ ਚੱਕਰ 'ਚ ਮੈਰਿਜ ਹੋਈ। ਇਸ ਕਰਕੇ ਵੀਜ਼ਾ ਆਫਿਸਰ ਦੇ ਦਿਮਾਗ 'ਚ ਵੀ ਰਹਿੰਦਾ, ਇਸ ਕਰਕੇ GT ਕੱਢਣੀ ਐਸੇ ਕੇਸ ਦੇ ਵਿੱਚ ਨਵੀਂ ਮੈਰਿਜ ਦੇ ਵਿੱਚ ਮੁਸ਼ਕਿਲ ਹੈਗੀ ਹੈ। ਇਸ ਕਰਕੇ ਕੋਸ਼ਿਸ਼ ਕਰੋ ਵੀ ਡੇਟ ਜੋ ਰਜਿਸਟ੍ਰੇਸ਼ਨ ਹੈਗੀ ਹੈ ਮੈਰਿਜ ਦੀ ਰਜਿਸਟਰ ਕਰਵਾਉਣ ਤੋਂ ਪਹਿਲਾਂ ਸਾਨੂੰ ਕੰਟੈਕਟ ਕਰ ਦਿਉ, ਅਸੀਂ ਤੁਹਾਨੂੰ ਸਲਿਊਸ਼ਨ ਦੱਸ ਦਾਂਗੇ ਵੀ ਕੀ ਕੀਤਾ ਜਾ ਸਕਦਾ, ਬਜਾਏ ਕਿ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਤੁਸੀਂ ਸਾਡੇ ਕੋਲ ਵਿਜ਼ਿਟ ਕਰਦੇ ਹੋ, ਅਤੇ ਉਸ ਤੋਂ ਬਾਅਦ ਸਾਨੂੰ ਦਿੱਕਤ ਆਉਂਦੀ ਹੈ ਵੀ ਉਹਨੂੰ ਸੰਭਾਲਣ ਨੂੰ ਵੀ ਕੇਸ ਨੂੰ, ਉਸ ਤੋਂ ਬਾਅਦ ਅਸੀਂ ਕੁਛ ਨਹੀਂ ਕਰ ਸਕਦੇ ਹੈਗੇ। ਇਸ ਕਰਕੇ ਫਿਰ ਵੀ ਅਗਰ ਤੁਹਾਡੀ ਕਿਤੇ ਵੀ ਦਿੱਕਤ ਆ ਰਹੀ ਹੈ ਤੁਹਾਨੂੰ ਮੈਰਿਜ ਕੇਸ ਨੂੰ ਇਕੱਠੇ ਅਪਲਾਈ ਕਰਨ 'ਚ, ਜਾਂ ਕੋਈ ਵੀ ਤੁਹਾਨੂੰ ਇਸ਼ੂਜ਼ ਬਣ ਰਹੇ ਨੇ, ਜ਼ਰੂਰ ਕੰਟੈਕਟ ਕਰੋ ਸਾਡੀ ਕੰਪਨੀ ਨੂੰ, ਅਸੀਂ ਤੁਹਾਨੂੰ ਦੱਸਾਂਗੇ ਵੀ ਕਿਸ ਤਰੀਕੇ ਨਾਲ ਤੁਸੀਂ ਵੀ ਆਸਟ੍ਰੇਲੀਆ ਦਾ ਸਪਾਊਸ ਵੀਜ਼ਾ ਇਕੱਠਿਆਂ ਦਾ ਅਪਲਾਈ ਕਰ ਸਕੋ। ਥੈਂਕ ਯੂ।